जिन महिला पहलवानों की ब्रिज भूषण के खिलाफ कोर्ट में गवाहियां होने वाली हैं, दिल्ली पुलिस ने उनकी सुरक्षा हटा ली है। दिल्ली हाई कोर्ट ने 10 मोटो नोटिस लिया और उन्होंने कहा जी कि उन्होंने वापस दो, तो उन्होंने जस्टिफिकेशन की है कि नहीं ये कोई हटाने का मकसद नहीं सी, क्योंकि हरियाणा दी रहने वाली ने, इसलिए हरियाणा पुलिस उन्होंने सिक्योरिटी प्रोवाइड करे। उन्हें ये गल उदों भी कही भी ये जड़ा ब्रिज भूषण शरण के खिलाफ सैक्शुअल एक्सप्लॉयटेशन का केस है, ये असी उ लड़ांगे, अब इनू असी छड़ना नहीं है। जिहड़ी पार्लियामेंट जां जिहड़ियां असैंबलीज जिहड़ियां ने रेपिस दियां ने, हुण उन्हां तों तुसीं एक्सपैक्ट करो कि वह जबानी कलामी विनय फोगाट नूं और उन्हूं तुसीं हीरोइन और ये कदे नहीं ना भुलण वाला और तुम तो जीत गई, तुम्हें गोल्ड नहीं मिला, हमने तुम्हें गोल्ड दे दिया। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸਾਹਿਬ ਵਿੱਚ ਕਿ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਔਰਤਾਂ 'ਤੇ ਹੋਏ ਜ਼ੁਲਮਾਂ ਦੇ ਖਿਲਾਫ਼ ਭਾਰਤ ਭਰ ਵਿੱਚ ਰੋਸ ਵਿਖਾਵਿਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਅਤੇ ਡਾਕਟਰਾਂ ਨੇ ਵੀ ਹੜਤਾਲ ਕੀਤੀ ਹੋਈ ਹੈ ਔਰ ਪੈਰਿਸ ਦੀ ਹੀਰੋ ਪਹਿਲਵਾਨ ਵਿਨੇਸ਼ ਫੋਗਟ ਨੇ ਟਵਿੱਟਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਅਤੇ ਉਸ ਦੀਆਂ ਸਾਥਣ ਪਹਿਲਵਾਨ ਖਿਡਾਰਨਾਂ ਦੀ ਸਿਕਿਉਰਿਟੀ ਜਿਹੜੀ ਹੈ ਵਾਪਸ ਲੈ ਲਈ ਗਈ ਹੈ ਔਰ ਇਹਨਾਂ ਪਹਿਲਵਾਨ ਬੀਬੀਆਂ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ਼ ਸੈਕਸ ਕ੍ਰਾਈਮ ਦੇ ਇਲਜ਼ਾਮ ਲਗਾਏ ਸਨ ਅਤੇ ਇਹ ਮੁਕੱਦਮਾ ਹਾਈ ਕੋਰਟ ਜਿਹੜੀ ਦਿੱਲੀ ਵਿੱਚ ਜਿਹੜੀ ਆ ਉਹ ਚੱਲ ਰਿਹਾ ਔਰ ਬੇਟੀ ਪੜ੍ਹਾਓ ਅਤੇ ਬੇਟੀ ਬਚਾਉਣ ਦਾ ਜਿਹੜਾ ਨਾਰਾ ਦੇਣ ਵਾਲੀ ਬੀਜੇਪੀ ਖੁਦ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਜਿਸ ਤੋਂ ਜਾਪਦਾ ਹੈ ਕਿ ਸਾਰਾ ਮੁਲਕ ਬਲਾਤਕਾਰਿਆਂ ਦਾ ਹੀ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੈਂ ਇਸ ਵਿਸ਼ੇ ਨੂੰ ਛੂੰਹਦਾ ਹਾਂ ਤਾਂ ਮੇਰਾ ਅੰਦਰ ਤੱਕ ਹਿੱਲ ਜਾਂਦਾ ਹੈ ਔਰ ਹਰ ਕੋਈ ਜਿਹੜਾ ਥੋੜ੍ਹੀ ਬਹੁਤ ਵੀ ਇਨਸਾਨੀਅਤ ਰੱਖਦਾ ਹੈ, ਜਿਸ ਨੇ ਘਰਾਂ ਦੇ ਵਿੱਚ ਬੱਚੇ ਬੱਚੀਆਂ ਨੇ ਗ੍ਰਸਤੀ ਖਾਸ ਤੌਰ 'ਤੇ, ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਇਹ ਕਿਹੋ ਜਿਹਾ ਸਮਾਜ ਹੈ, ਕਿਹੋ ਜਿਹੀ ਸੁਸਾਇਟੀ ਹੈ, ਇਹ ਕਿਸ ਲੈਵਲ ਤੱਕ ਇਹ ਸਾਰਾ ਸਮਾਜ ਡੀਜੈਨਰੇਟ ਹੋ ਚੁੱਕਾ ਹੈ ਕਿ ਜਿੱਥੇ ਜਦੋਂ ਇੱਕ ਪਾਸੇ ਕਿਸੇ ਵੀ ਸਮਾਜ ਦੀ ਜਿਹੜੀ ਦਰਜਾਬੰਦੀ ਹੈ ਉਹ ਇਸ ਦੇ ਉੱਤੇ ਕੀਤੀ ਜਾਂਦੀ ਹੈ ਕਿ ਉਸ ਸਮਾਜ ਦੇ ਵਿੱਚ ਔਰਤਾਂ ਨੂੰ ਕਿੰਨਾ ਸਨਮਾਨ ਦਿੱਤਾ ਜਾਂਦਾ ਹੈ, ਉਸ ਸਮਾਜ ਦੇ ਵਿੱਚ ਐਜੂਕੇਸ਼ਨ ਔਰ ਹੈਲਥ ਫੈਸਿਲਿਟੀਜ਼ ਕੀ ਨੇ। ਸੋ ਇਸ ਮਾਮਲੇ ਦੇ ਵਿੱਚ ਤਾਂ ਐਜੂਕੇਸ਼ਨ ਔਰ ਹੈਲਥ 'ਚ ਦੂਜਾ ਤਾਂ ਜੋ ਇਹਨਾਂ ਦਾ ਜਲੂਸ ਨਿਕਲਿਆ ਉਹ ਤਾਂ ਦੁਨੀਆ 'ਚ ਹੈ ਹੀ ਹੈ, ਪਰ ਜਿਸ ਲੈਵਲ ਦੇ ਉੱਤੇ ਔਰਤ ਇਹਨਾਂ ਦੀ ਜਿਨਸੀ ਹਵਸ਼ ਦਾ ਸ਼ਿਕਾਰ ਬਣੀ ਹੋਈ ਹੈ ਸਮੁੱਚਾ ਸਮਾਜ ਕਿ ਬਾਹਰਲੇ ਮੁਲਕਾਂ ਨੂੰ, ਮੈਂ ਅਮਰੀਕਾ ਦੀ ਗੱਲ ਕੀਤੀ ਸੀ ਕਿ ਜਦੋਂ ਉਹ ਟਰੈਵਲ ਐਡਵਾਈਜ਼ਰੀ ਦਿੰਦੇ ਨੇ ਜਿਹੜੀ ਕੁਛ ਹਫ਼ਤੇ ਪਹਿਲਾਂ ਹੀ ਉਹਨਾਂ ਨੇ ਦਿੱਤੀ ਹੈ, ਅਤੇ ਉਹ ਇੰਡੀਆ ਨੂੰ ਇੱਕ ਰੇਪ ਕੈਪੀਟਲ ਵਾਂਗ ਦੇਖਦੇ ਨੇ ਔਰ ਆਪਣੇ ਜਿਹੜੇ ਟੂਰਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਹਦਾਇਤ ਕਰਦੇ ਨੇ ਕਿ ਭਾਈ ਤੁਸੀਂ ਇਸ ਦਾ ਖਿਆਲ ਰੱਖਣਾ ਔਰ ਜੇ ਤੁਸੀਂ ਇਸ ਕਿਸਮ ਦੀਆਂ ਰੇਪ ਦੀਆਂ ਘਟਨਾਵਾਂ ਦੇਖੋ ਉਹ ਖੁੱਲ੍ਹੇ ਪਾਰਕਾਂ 'ਚ ਵੀ, ਈਵਨ ਹੋਟਲਾਂ ਦੇ ਵਿੱਚ ਵੀ, ਪਬਲਿਕ ਪਲੇਸਿਸ ਦੇ ਉੱਤੇ ਵੀ, ਔਰ ਜਦੋਂ ਕੋਈ ਇਸ ਲੈਵਲ ਦੇ ਉੱਤੇ ਜਿਹੜੇ ਲੋਕ ਆਪਣੇ ਤੌਰ ਦੇ ਉੱਤੇ, ਕਿਉਂਕਿ ਇੱਥੇ ਜਿਹੜੇ ਦੁਨੀਆ ਨੂੰ ਘੁੰਮਣ ਦਾ ਜਾਂ ਦੂਸਰਾ ਰੱਖਦੇ ਨੇ ਉਹ ਤਾਂ ਬੇਖੌਫ ਹੋ ਕੇ, ਕੋਈ ਈਵਨ ਐਸੇ ਵੀ ਨੇ ਕੋਈ ਮੋਟਰਸਾਈਕਲ 'ਤੇ ਦੁਨੀਆ ਘੁੰਮਣ ਨਿਕਲਿਆ, ਕੋਈ ਸਾਈਕਲ 'ਤੇ ਨਿਕਲਿਆ, ਕੋਈ ਦੂਜਾ ਨਿਕਲਿਆ, ਇਸ ਕਿਸਮ ਦੀਆਂ ਘਟਨਾਵਾਂ ਨੂੰ, ਔਰ ਜਦੋਂ ਕੋਈ ਫਿਰ ਬਾਹਰਲੀ ਹਕੂਮਤ ਇਸ ਕਿਸਮ ਦੇ ਇਸ਼ੂ ਨੂੰ ਲੈਂਦੀ ਹੈ ਤਾਂ ਫਿਰ ਇਹ ਰੌਲਾ ਪਾ ਦਿੰਦੇ ਨੇ ਜੀ ਇਹ ਭਾਰਤ ਨੂੰ ਬਦਨਾਮ ਕਰਨ ਲਈ ਹੈ, ਭਾਰਤ ਬੜਾ ਤਰੱਕੀ ਪਸੰਦ ਔਰ ਫਲਾਣਾ ਅਤੇ ਸਪਿਰਿਚੁਅਲ ਔਰ
ਔਰ ਇਸ ਸਭ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਸੁਸਾਇਟੀ ਕਿਸ ਹੱਦ ਤੱਕ ਬਰਬਾਦੀ ਜਾਂ ਜਿਹਨੂੰ ਤਰੱਕੀ ਹੋਈ ਅਸੀਂ ਕਹਿੰਦੇ ਹਾਂ, ਇੱਕ ਤਰੱਕੀ ਪ੍ਰੋਗਰੈਸ ਹੁੰਦੀ ਹੈ, ਇੱਕ ਸੜਾਂ ਮਾਰਨ ਵਾਲੇ ਨੂੰ ਕਹਿੰਦੇ ਤਰੱਕ ਗਿਆ ਹੈ, ਪੋਟੋਹਾਰ ਚ ਕਹਿੰਦੇ ਨੇ ਕਿ ਇਹ ਤਰੱਕ ਗਿਆ ਹੋਇਆ ਵੀ ਇਸ ਹੱਦ ਤੱਕ ਸੜਾਂ ਮਾਰਦੀ ਸੁਸਾਇਟੀ ਹੈ। ਲੇਕਿਨ ਤੁਸੀਂ ਇਹਨਾਂ ਦੀ ਬ੍ਰੈਂਡਿੰਗ ਦੇਖੋ ਕੀ ਹੈ, ਯੋਗਾ, ਸਪਿਰਿਚੁਅਲਿਟੀ, ਲੈਂਡ ਆਫ ਪੀਸ, ਲੈਂਡ ਆਫ ਬੁੱਧਾ, ਲੈਂਡ ਆਫ ਗਾਂਧੀ, ਲੈਂਡ ਆਫ ਫਲਾਣਾ। ਹੁਣ ਜੇ ਤੁਸੀਂ ਇਹਨਾਂ ਦੇ ਬਿਹੇਵੀਅਰ ਨੂੰ, ਚਲੋ ਲੈਂਡ ਆਫ ਗਾਂਧੀ ਸਹੀ, ਗਾਂਧੀ ਦਾ ਕੱਢ ਲਓ ਚਿੱਠਾ ਕਿ ਵੀ ਗਾਂਧੀ ਦਾ ਜਿਹੜਾ ਸੈਕਸ਼ੂਅਲ ਬਿਹੇਵੀਅਰ ਹੈ ਜਾਂ ਉਸਦਾ ਕਿਸ ਹੱਦ ਤੱਕ ਉਹ, ਜੇ ਉਸ ਨੂੰ ਕਿਸੇ ਮਨੋਵਿਗਿਆਨੀ ਦੇ ਹਵਾਲੇ ਕੀਤਾ ਜਾਏ, ਗਾਂਧੀ ਦੀ ਬਾਇਓਗ੍ਰਾਫੀ ਤਾਂ ਚ ਤਾਂ ਸਾਰੀਆਂ ਚੀਜ਼ਾਂ ਆਰਡਰ ਲੋਕਾਂ ਨੇ ਲਿਖੀਆਂ ਨੇ, ਅਤੇ ਉਹਨੂੰ ਮੈਂਟਲੀ ਸਿੱਖ ਔਰ ਸੈਕਸ਼ੂਅਲੀ ਪਰਵਰਟ ਜਿਹੜਾ ਡਿਕਲੇਅਰ ਕਰਨਗੇ, ਜੋ ਜਿਸ ਮੈਂ ਹੁਣ ਤੁਸੀਂ ਸਾਹਮਣੇ ਬੈਠੇ ਹੋ ਔਰ ਸਾਡੇ ਜਿਹੜੀ ਵਿਊਅਰਸ਼ਿਪ ਆ ਉਹਨਾਂ 'ਚ ਵੱਡੀ ਗਿਣਤੀ ਸਾਡੀਆਂ ਬੀਬੀਆਂ, ਭੈਣਾਂ, ਬੱਚੀਆਂ ਨੇ, ਮੈਂ ਉਹ ਡਿਸਕਸ ਨਹੀਂ ਕਰ ਸਕਦਾ ਕਿ ਕਿਸ ਲੈਵਲ ਦੀ ਸੈਕਸ਼ੂਅਲ ਪਰਵਰਸ਼ਨ ਗਾਂਧੀ ਦੀ ਹੈ। ਅਤੇ ਉਹਨੂੰ ਇਹ ਜਦੋਂ ਜਸਟੀਫਾਈ ਕਰਦੇ ਨੇ ਤਾਂ ਉਹਨੂੰ ਕਹਿਣਗੇ ਜੀ, ਉਹ ਕਹਿੰਦਾ ਕਿ ਜੀ ਮਾਈ ਐਕਸਪੈਰੀਮੈਂਟਸ ਵਿਦ ਬ੍ਰਹਮਚਾਰੀ ਆ, ਕਿ ਵੀ ਮੈਂ ਬ੍ਰਹਮਚਾਰਜ ਧਾਰਨ ਕੀਤਾ ਸੀ, ਮੈਂ ਐਕਸਪੈਰੀਮੈਂਟ ਕਰ ਰਿਹਾ ਕਿ ਵੀ ਮੈਂ ਉਹ ਉਹਦੇ 'ਚ ਕਿੰਨਾ। ਜਦੋਂ ਤੁਸੀਂ ਇਸ ਲੈਵਲ ਦੀ ਪਰਵਰਸ਼ਨ ਨੂੰ ਵੀ ਜਸਟੀਫਾਈ ਕਰਦੇ ਹੋ ਜਿਸ ਲੈਵਲ ਦੇ ਉੱਤੇ ਆ ਸਾਰੇ, ਹੁਣ ਮੈਂ ਜੇ ਧਾਰਮਿਕ ਗੱਲ ਕੋਈ ਕਹਾਂ ਤਾਂ ਕਈਆਂ ਨੂੰ ਲੱਗੇਗਾ ਵੀ ਪਤਾ ਨਹੀਂ ਕੀ ਹੈ। ਹੁਣ ਤੁਸੀਂ ਜੇ ਸ਼ਿਵ ਲਿੰਗ ਦਾ ਸਾਰਾ, ਜਿਹੜੇ ਇਹਨਾਂ ਦੇ ਸਭ ਤੋਂ ਜ਼ਿਆਦਾ ਮੰਦਰ ਸ਼ਿਵ ਦੇ ਨੇ, ਸ਼ਿਵ ਲਿੰਗ ਦੇ ਕਾਨਸੈਪਟ ਨੂੰ ਦੇਖੋਗੇ, ਹਕੀਕਤ ਹੋਰ ਹੈ, ਪਰ ਤੁਸੀਂ ਇਹਨਾਂ ਦੇ ਉਹ ਸਤਿਗੁਰੂ ਸਾਊਥ ਦਾ ਫਰਾਡੀਆ, ਸ਼੍ਰੀ ਰਵੀ ਸ਼ੰਕਰ ਔਰ RSS ਜਾਂ ਦੂਜੇ ਉਹਨੂੰ ਆਦਿ ਸ਼ਕਤੀ ਪਾਰਵਤੀ ਨੂੰ ਬਣਾ ਦੇਣਗੇ, ਸ਼ਿਵ ਨੂੰ ਮੂਲ ਸ਼ਕਤੀ ਔਰ ਉਹ ਮਾਇਆ ਅਤੇ ਫਲਾਣਾ ਉਹਨੂੰ ਜਸਟੀਫਾਈ ਕਰਨਗੇ, ਔਰ ਕਿ ਵੀ ਇਹ ਸ਼ਿਵ ਲਿੰਗ ਜਿਹੜਾ ਹੈ ਉਹ ਕਿਵੇਂ ਸ਼ਕਤੀ ਔਰ ਦੂਜੇ ਨਾਲ ਜੁੜਿਆ ਹੋਇਆ ਔਰ ਕਿਵੇਂ ਉਹ ਆਪਣੇ ਆਪ 'ਚ ਰੱਬ ਹੈ। ਪਰ ਜੇ ਤੁਸੀਂ ਉਹਦਾ ਪ੍ਰੈਕਟੀਕਲ ਵਿਹਾਰਕ ਤੌਰ 'ਤੇ ਦੇਖੋ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਕਿਸ ਲੈਵਲ ਦੇ ਉੱਤੇ ਇਹਨਾਂ ਨੇ, ਔਰ ਇਹੀ ਉਹ ਧਰਤੀ ਆ ਇੱਥੇ ਇਕੱਲਾ ਇਸ ਸ਼ਿਵਲਿੰਗ ਦੇ ਰੂਪ 'ਚ ਹੀ ਜਿਹੜਾ ਉਹ ਇਮੋਰੈਲਿਟੀ ਨਹੀਂ ਆਈ, ਜਿਹੜਾ ਸ਼ਾਕਿਆ ਪੰਥ, ਜਦੋਂ ਤੁਸੀਂ ਸ਼ਾਕਿਆ ਪੰਥ, ਹੁਣ ਅੱਜ ਦੁਨੀਆਂ ਦੇ ਕਿਸੇ ਹੋਰ ਹਿੱਸੇ 'ਚ ਤੁਹਾਨੂੰ ਅਜੰਤਾ ਐਲੋਰਾ ਦੀਆਂ ਉਹ ਨਹੀਂ ਮਿਲਦੀਆਂ ਗੁਫਾਵਾਂ, ਉੱਥੇ ਜਾ ਕੇ ਜਿਹੜੇ ਸਟੋਨ ਦੇ ਵਿੱਚ ਬਣਾਏ ਹੋਏ ਇਮੇਜਿਸ ਨੇ, ਜਿਹੜੇ ਹਾਲਾਂਕਿ 20ਵੀਂ ਸਦੀ 'ਚ ਅੰਗਰੇਜ਼ਾਂ ਨੇ ਹੀ ਕੱਢੇ ਖੁਦਾਈ ਕਰਕੇ, ਜਾਂ ਕੀ ਜਿਹੜੇ ਮੰਦਰ ਨੇ ਜਿਹਨਾਂ ਨੂੰ ਮੰਦਰ ਕਹਿੰਦੇ ਨੇ, ਉਹਨਾਂ 'ਚ ਜਿਸ ਲੈਵਲ ਦੇ ਉੱਤੇ ਸੈਕਸ਼ੂਅਲ ਪਰਵਰਸ਼ਨ ਦੀ ਇਮੇਜਰੀ ਹੈ, ਲੋਕ ਤਾਂ ਹੈਰਾਨ ਨੇ ਵੀ ਇਹ ਕਿਸ ਕਿਸਮ ਦੀ ਇਹਨਾਂ ਦੀ। ਪਰ ਤੁਸੀਂ ਦੇਖੋਗੇ ਕਿ ਉਹਦੀ ਵੀ ਜਸਟੀਫਿਕੇਸ਼ਨ ਹੈ, ਉਹਨੂੰ ਵੀ ਆਰਟ ਦੇ ਨਾਂ ਥੱਲੇ, ਵੈਸਟ ਵਾਲੇ ਉਹਨੂੰ ਜਸਟੀਫਾਈ ਕਰਨ ਆਰਟ ਦੇ ਨਾਂ ਥੱਲੇ, ਸਮਝ ਆ ਸਕਦਾ। ਪਰ ਇੱਕ ਪਾਸੇ ਜਿਹੜਾ ਇੰਨਾ ਟੋਲਰੈਂਟ ਹਿੰਦੂ ਮਜ਼ਹਬ ਹੈ, ਜਿਹੜਾ ਹਾਲਾਂ ਉਹਦੀ ਕੋਈ ਡੈਫੀਨੇਸ਼ਨ ਮਜ਼ਹਬ ਦੇ ਵਿੱਚ ਫਿੱਟ ਨਹੀਂ ਹੁੰਦਾ ਉਹ, ਲੇਕਿਨ ਇੰਨੇ ਕੁ ਇਨਟੋਲਰੈਂਟ ਨੇ ਕਿ ਭਾਈ ਉਹ ਵਿਸ਼ਨੂੰ ਦਾ ਭਗਤ ਸ਼ਿਵਜੀ ਦੇ ਨੂੰ ਟੋਲਰੈਂਟ ਨਹੀਂ ਕਰਦਾ, ਉਹਦਾ ਬ੍ਰਹਮਾ ਨੂੰ ਨਹੀਂ ਕਰਦਾ, ਉਹ ਕੋਈ ਦੇਵੀ ਦੇਵਤੇ ਦੂਜੇ ਤੀਜੇ, ਹਰ ਇੱਕ ਆਪੋ ਆਪਣੇ, ਕਿਸੇ ਦਾ ਤਿਲਕ ਲਾਉਣ ਦਾ ਤਰੀਕਾ ਵੱਖਰਾ, ਕਿਸੇ ਦਾ ਜਨੇਊ ਦਾ ਰੰਗ ਵੱਖਰਾ, ਉੱਥੇ ਫਿਰ ਆਪਣੇ ਆਪ ਨੂੰ ਇਹ ਬਣਾ ਦਿੰਦੇ ਨੇ। ਦੇਖੋ ਜੀ ਕਿੰਨੀ ਸਾਡੀ ਟੋਲਰੈਂਟ ਸੁਸਾਇਟੀ ਹੈ। ਪਰ ਅੱਜ ਤੁਸੀਂ ਇਹਨਾਂ ਦੀਆਂ ਲਿੰਚਿੰਗਸ ਦੇਖੋ ਜੋ ਮਾਈਨੋਰਟੀਜ਼ ਨਾਲ ਕਰਦੇ ਨੇ, ਜਿਵੇਂ ਇਹਨਾਂ ਨੇ ਇਤਿਹਾਸਕ ਥਾਵਾਂ ਜਿਹੜੀਆਂ ਨੇ ਉਹ ਉਖੇੜ ਕੇ ਆਪਣੀਆਂ ਬਣਾ ਰਹੀਆਂ, ਉਹ ਬੋਧੀ ਵਰਿਕਸ਼ ਨੂੰ ਅੱਗ ਲਾ ਕੇ ਉਹ ਤਾਂ ਲੰਕਾ ਤੋਂ ਲਿਆ ਕੇ ਦੁਬਾਰਾ ਲਾਇਆ, ਔਰ ਸਾਰੇ ਜਿਹੜੇ ਜਿਹੜੇ ਪ੍ਰਾਚੀਨ ਬੁੱਧ ਮੰਦਰ ਸੀ ਉਹਨਾਂ ਨੂੰ ਬਾਹਰ ਕੱਢ ਕੇ ਸ਼ਿਵਲਿੰਗ ਰੱਖ ਕੇ ਕੀਤਾ। ਪਰ ਇਹ ਜਦੋਂ ਤੁਸੀਂ ਇਸ ਕਿਸਮ ਦੀ ਹਿਪੋਕ੍ਰੇਸੀ ਜਾਂ ਦੰਭ ਦਾ ਸਹਾਰਾ ਲੈ ਕੇ ਕਿਸੇ ਸੁਸਾਇਟੀ ਨੂੰ ਖੜ੍ਹਾ ਕਰਦੇ ਹੋ, ਕਿੰਨੀ ਕੁ ਦੇਰ ਅਲਟੀਮੇਟਲੀ ਇਹ ਜਿਹੜਾ
ਅੰਦਰ ਪਸ ਪਈ ਹੁੰਦੀ ਹੈ, ਸੈਪਟੀਸੀਮੇ ਹੋਇਆ ਹੁੰਦਾ, ਇਹ ਭਾਵੇਂ ਇਹ ਠੀਕ ਹੈ ਵੀ ਥੋੜ੍ਹੇ ਲੈਵਲ 'ਤੇ ਹੋਏ ਤਾਂ ਉਸ ਦਾ ਜਿਹੜਾ ਉਹਨੂੰ ਕਹਿੰਦੇ ਨੇ ਜੀ ਉਹ ਫੋੜਾ ਭਰ ਗਿਆ, ਉਹਨੂੰ ਤੁਸੀਂ ਚੀਰਾ ਦਿੱਤਾ ਜਾਂ ਆਪ ਫਟ ਗਿਆ ਨਿਕਲ ਗਏ, ਪਰ ਜਦੋਂ ਤੁਹਾਡੀ ਸਾਰੀ ਬਾਡੀ 'ਚ ਫੈਲਿਆ ਹੁੰਦਾ ਫਿਰ ਉਹਨੂੰ ਕਿਲ ਕਰਦਾ, ਉਹਨੂੰ ਕਹਿੰਦੇ ਨੇ ਸੈਪਟਿਕ ਹੋ ਗਿਆ ਜੀ, ਹਾਂਜੀ ਸੈਪਟੀਸੀਮੀਆ ਹੋ ਗਿਆ, ਉਹ ਸਰਵਾਈਵ ਨਹੀਂ ਕਰਦਾ। ਸੋ ਇਹ ਇਹਨਾਂ ਇਹ ਜਿਹੜੀ ਬਿਮਾਰੀ ਹੈ ਜਿਸ ਕਦਮ ਇਹ ਜ਼ਿਹਨੀ ਤੌਰ ਦੇ ਉੱਤੇ ਸੈਕਸ਼ੂਅਲੀ ਇਹ ਬਿਮਾਰ ਸਮਾਜ ਹੈ ਸਾਰਾ, ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਵੀ ਅਜੇ ਤਾਂ ਕਲਕੱਤਾ ਦੀ ਘਟਨਾ ਡਿਸਕਸ ਹੋ ਰਹੀ ਸੀ ਕਿ ਜੀ ਉਹ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਜਿਹੜੀ ਵਿਚਾਰੀ ਨੇ ਕਿੰਨੇ ਘੰਟੇ 18 ਘੰਟੇ ਕੇ ਡਿਊਟੀ ਦਿੱਤੀ ਔਰ ਆਰਾਮ ਦੇ ਲਈ ਉਹ ਕਾਨਫਰੰਸ ਰੂਮ 'ਚ ਗਈ, ਉਹਦੇ ਨਾਲ ਕੀ ਹੋਇਆ, ਜਿਹਨੂੰ ਸਰਕਾਰ ਨੇ ਵੀ ਹਸਪਤਾਲ ਨੇ ਵੀ ਦੂਜੇ ਤੀਜੇ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼, ਕਿਉਂਕਿ ਦੇਖੋ ਮੈਂ 2-3 ਦਿਨ ਪਹਿਲੇ ਵੀ ਗੱਲ ਕੀਤੀ ਸੀ, ਕਿਤੇ ਵੀ ਕੋਈ ਕ੍ਰਾਈਮ ਹੁੰਦਾ ਕੋਈ ਦੂਜਾ, ਇੱਕ ਅਪਰੋਚ ਹੋਏਗੀ ਜੀ ਮਿੱਟੀ ਪਾਓ, ਬਦਨਾਮੀ ਹੋਏਗੀ। ਮੈਂ ਸਮਝਦਾ ਵੀ ਇਹ ਬਿਲਕੁਲ ਕੋਈ ਇਸ ਦੇ ਉੱਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਤੱਕ ਤੁਸੀਂ ਇਹ ਰੈਕਗਨਾਈਜ਼ ਨਹੀਂ ਕਰੋਗੇ ਕਿ ਪ੍ਰੋਬਲਮ ਐਗਜ਼ਿਸਟ ਕਰਦੀ ਹੈ, ਉਹਦਾ ਹੱਲ ਨਹੀਂ ਹੁੰਦਾ ਕਦੇ ਵੀ। ਔਰ ਇਸ ਦਾ ਨਤੀਜਾ ਸੀ ਕਿ ਬਈ ਜਦੋਂ ਲੋਕਾਂ ਦਾ ਰੋਹ ਸਾਹਮਣੇ ਆਇਆ ਔਰ ਹੁੰਦੇ ਹੁੰਦੇ ਫਿਰ ਮਮਤਾ ਬੈਨਰਜੀ, ਹੁਣ ਅੱਜ ਮਮਤਾ ਬੈਨਰਜੀ ਨੇ ਇੱਕ ਚਿੱਠੀ ਵੀ ਉਹਨੂੰ ਮੋਦੀ ਨੂੰ ਲਿਖੀ ਹੈ ਕਿ ਜੀ ਆਲ ਇੰਡੀਆ ਲੈਵਲ ਦਾ ਕਾਨੂੰਨ ਬਣਾਓ, ਲੋਕ ਸੜਕਾਂ 'ਤੇ ਨੇ ਜੀ ਰੇਪ ਕਰਨ ਵਾਲਿਆਂ ਨੂੰ 15 ਦਿਨ ਦੇ ਵਿੱਚ ਵੀ ਫਾਂ। ਇਹ ਸਿਰਫ 4 ਦਿਨ ਦੀਆਂ ਗੱਲਾਂ ਨੇ, ਕੁਛ ਨਹੀਂ ਹੋਣਾ, ਕਿਉਂਕਿ ਸੁਸਾਇਟੀ ਕ੍ਰਿਮੀਨਲ ਹੈ, ਉਹ ਨਿਰਭਿਆ ਕਾਂਡ ਤੋਂ ਲੈ ਕੇ ਹਾਥਰਸ ਤੋਂ ਲੈ ਕੇ ਤੁਸੀਂ ਦੇਖੋ। ਹੁਣ ਜਿਹੜੀ ਦੂਸਰਾ ਬਦਲਪੁਰ ਦੇ ਸਕੂਲ ਮਹਾਰਾਸ਼ਟਰ 'ਚ ਸਾਹਮਣੇ ਆਇਆ ਕਿ ਕਿਵੇਂ 2-4 ਸਾਲ ਦੀਆਂ ਬੱਚੀਆਂ ਉਹਨਾਂ ਦੇ ਨਾਲ ਜਿਹੜਾ ਸਫਾਈ ਕਰਮਚਾਰੀ ਹੈ ਉਹਨੇ ਕੀ ਕੁਕਰਮ ਕੀਤਾ। ਇਸ ਦੇ ਉੱਤੇ ਜਦੋਂ ਲੋਕ ਬਾਹਰ ਨਿਕਲੇ ਮਹਾਰਾਸ਼ਟਰ, ਹੁਣ ਮਹਾਰਾਸ਼ਟਰ 'ਚ ਬੀਜੇਪੀ ਔਰ ਸ਼ਿਵ ਸੈਨਾ ਜਿਹੜਾ ਟੁੱਟਿਆ ਗਰੁੱਪ ਹੈ ਉਹਨਾਂ ਦੀ ਸਰਕਾਰ ਹੈ, ਹੁਣ ਉਹਦੀ ਵੀ ਹਜ਼ਾਰਾਂ ਲੱਖਾਂ ਲੋਕ ਆ ਗਏ, ਉਹਨਾਂ ਨੇ ਟੀਵੀ ਜਿਹੜੀਆਂ ਨੇ ਰੇਲਵੇ ਲਾਈਨਾਂ ਦੇ ਉੱਤੇ ਬਹਿ ਗਏ, ਟ੍ਰੇਨਾਂ 8-9 ਘੰਟੇ ਨਹੀਂ ਚੱਲੀਆਂ। ਔਰ ਦੂਸਰਾ ਤਾਂ ਉਹਨਾਂ ਦਾ ਬਦਲਪੁਰ ਦਾ ਮੇਅਰ, ਔਰ ਜਦੋਂ ਮੀਡੀਆ ਕਵਰ ਕਰ ਰਿਹਾ ਇੱਕ ਲੇਡੀ ਪੱਤਰਕਾਰ ਨੂੰ ਜਿਹੜੀ ਉਸ ਘਟਨਾ ਦੀ ਕਵਰੇਜ ਕਰ ਰਹੀ ਹੈ, ਉਹਨੂੰ ਉਹ ਐਡਰੈਸ ਕਰਕੇ ਕਹਿੰਦਾ ਤੂੰ ਤਾਂ ਇਹਨੂੰ ਇਵੇਂ ਕਰ ਰਹੀ ਹੈ ਇਸ ਕਹਾਣੀ ਨੂੰ ਕਿ ਜਿਵੇਂ ਤੇਰਾ ਬਲਾਤਕਾਰ ਹੋਇਆ। ਇਹ ਇਸ ਲੈਵਲ 'ਤੇ ਇਨਸੈਂਸਿਟੀਵਿਟੀ ਦਾ ਲੈਵਲ ਜਿਹੜਾ ਦੂਸਰਾ, ਔਰ ਇਸ ਨੂੰ ਜੀ ਦਾ ਸਿਆਸੀ ਨਾ ਕਰੋ, ਸਿਆਸੀਕਰਨ ਨਾ ਕਰੋ, ਫਲਾਣਾ ਨਾ ਕਰੋ, ਪਰ ਇਹ ਲਗਾਤਾਰਤਾ ਨਾਲ ਬਿਮਾਰ ਸਮਾਜ ਦੀ ਗੱਲ ਹੈ। ਪਰ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਅਗੇਨ ਇਸ ਸਾਰੇ ਨੂੰ ਪਿੱਕ ਕੀਤਾ, ਹੁਣ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬਦਲਪੁਰ ਸਕੂਲ ਦੇ ਵਿੱਚ 4-4 ਸਾਲ ਦੀਆਂ ਵਿਚਾਰੀਆਂ ਕਿੰਡਰਗਾਰਟਨ ਬੱਚੀਆਂ ਦੇ ਨਾਲ ਜੋ ਹੋਇਆ ਉਹ ਇਸ ਕਰਕੇ 12 ਘੰਟੇ ਪੁਲਿਸ ਨੇ FIR ਨਹੀਂ ਲਿਖੀ, ਫਿਰ ਜਿਹੜੇ FIR ਲਿਖਾਉਣ ਦੇ ਲਈ ਇਸ ਇੱਕ ਬੱਚੀ ਦੀ ਜਿਹੜੀ ਮਾਂ ਜਿਹੜੀ ਆਲਰੇਡੀ ਪ੍ਰੈਗਨੈਂਟ ਹੈ ਉਹ 12 ਘੰਟੇ ਇੰਤਜ਼ਾਰ ਕਰਦੀ ਰਹੀ। ਰੀਜ਼ਨ ਕਿ ਇਸ ਸਕੂਲ ਨੂੰ ਜਿਹੜਾ ਓਨ ਕਰਦਾ ਉਹ BJP ਦਾ ਲੀਡਰ ਹੈ, ਹੁਣ ਇਹ ਸਾਰੇ ਦੇ ਉੱਤੇ ਕਵਰ ਅਪ, ਔਰ ਹੁਣ ਇਹ ਸਾਰੇ ਜਿਹੜੇ ਨੇ, ਚਲੋ ਇਹ ਤਾਂ ਹੋਇਆ ਪੋਲੀਟੀਕਲੀ ਕਿ ਮਹਾਰਾਸ਼ਟਰ 'ਚ ਰੌਲਾ ਪਿਆ ਅਤੇ ਜਿਹੜਾ ਬੰਗਾਲ ਦਾ ਪ੍ਰੈਸ਼ਰ ਸੀ ਉਹ ਘਟਿਆ, ਡਾਕਟਰ ਹੜਤਾਲ 'ਤੇ ਨੇ, ਕਿਉਂਕਿ ਉਹਨਾਂ ਨੂੰ ਸਾਹਮਣੇ ਆਇਆ ਵੀ ਹਰ ਥਾਂ ਹੀ ਇਕੱਲਾ ਇੱਕ ਉਹਦੀ ਘਟਨਾ ਨਹੀਂ ਹੈ ਵੀ ਉਹਨਾਂ ਦੀ ਸੇਫਟੀ। ਔਰ ਇਹ ਬਿਲਕੁਲ ਠੀਕ ਹੈ ਕਿ ਔਰ ਸੁਪਰੀਮ ਕੋਰਟ ਨੇ ਇਹਦਾ ਸੂ ਮੋਟੋ ਨੋਟਿਸ ਲਿਆ ਕੇਸ ਦਾ, ਹੁਣ ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਜੀ ਇਨਸਾਫ ਔਰ ਡਾਕਟਰ ਇਹ ਕਦੇ ਹੜਤਾਲ 'ਤੇ ਨਹੀਂ ਜਾ ਸਕਦੇ ਕਿ ਵੀ ਹੜਤਾਲ ਬੰਦ ਕਰੋ, ਉਹ ਆਪਣਾ ਕੰਮ ਲੱਗੇ ਹੋਏ ਨੇ। ਲੇਕਿਨ ਇਸੇ ਵਿਚਾਲੇ ਖਬਰ ਆਈ ਔਰ ਅਸੀਂ ਇਹ ਜ਼ਿਕਰ ਕੀਤਾ ਸੀ ਵਿਨੇਸ਼ ਫੋਗਟ, ਹੁਣ ਇਹ ਉਹ ਬਹਾਦਰ ਕੁੜੀ ਹੈ ਜਿਸ ਨੇ ਲੀਡ ਕੀਤਾ ਸੀ ਕਿਸਾਨ ਮੂਵਮੈਂਟ ਤੋਂ ਬਾਅਦ ਜਿਹੜੀ ਦੂਸਰੀ ਸਭ ਤੋਂ ਜ਼ਿਆਦਾ ਮੂਵਮੈਂਟ ਚਰਚਾ 'ਚ ਰਹੀ ਜੰਤਰ ਮੰਤਰ ਰੋਡ 'ਤੇ, ਔਰ ਬਾਅਦ ਜਿਵੇਂ
ਉਹਨਾਂ ਦੀ ਦਿੱਲੀ ਪੁਲਿਸ ਨੇ ਔਰ ਦੂਜੇ ਇਹਨਾਂ ਕੁੜੀਆਂ ਨੂੰ ਸੜਕਾਂ 'ਤੇ ਤਰੀਕ ਤਰੀਕ ਕੇ ਜਿਹੜਾ ਉਹ ਅਪਮਾਨਿਤ ਕੀਤਾ। ਉਹ ਸੀ ਇਹਨਾਂ ਭਲਵਾਨ ਕੁੜੀਆਂ ਵੱਲੋਂ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਬ੍ਰਿਜ ਭੂਸ਼ਣ ਸ਼ਰਨ ਜਿਹੜਾ ਸਿਟਿੰਗ ਐਮ ਪੀ ਵੀ ਸੀ ਬੀਜੇਪੀ ਦਾ, ਔਰ ਇਹਨਾਂ ਨੇ ਬੱਚੀਆਂ ਨੇ ਕਿਹਾ ਕਿ ਭਾਈ ਸਾਡੇ ਨਾਲ ਜਦੋਂ ਇਹ ਬਾਹਰ ਟ੍ਰਿਪ 'ਤੇ ਜਾਂ ਦੂਜਾ ਗਿਆ ਇਹਨੇ ਕੀ ਹਰਕਤਾਂ ਕੀਤੀਆਂ ਨੇ, ਇਸ ਦੇ ਖਿਲਾਫ਼ ਕਾਰਵਾਈ ਕੀਤੀ ਜਾਏ, ਇਸ ਤੋਂ ਅਸਤੀਫਾ ਲਿਆ ਜਾਏ। ਪਰ ਕਿਉਂਕਿ ਬ੍ਰਿਜ ਭੂਸ਼ਣ ਸ਼ਰਨ ਪ੍ਰੋਮੀਨੈਂਟ, ਔਰ ਇਹ ਬ੍ਰਿਜ ਭੂਸ਼ਣ ਸ਼ਰਨ ਉਹ ਹੈ ਜਿਹਨੇ ਪਬਲਿਕ ਜਲਸਿਆਂ 'ਚ ਕਿਹਾ ਵੀ ਸਾਡੇ ਲਈ ਮੋਦੀ ਜੀ ਔਰ ਆਦਿਤਿਆਨਾਥ ਯੋਗੀ ਜੀ ਇਹ ਤਾਂ ਅਵਤਾਰ ਨੇ, ਵਿਸ਼ਨੂੰ ਦਾ ਅਵਤਾਰ ਨੇ। ਔਰ ਉਹੀ ਮੋਦੀ ਜਿਹਨੇ ਇਹ ਜਦੋਂ ਬੱਚੀਆਂ ਪਿਛਲੇ ਓਲੰਪਿਕ ਵੇਲੇ ਸ਼ਾਇਦ ਉਹ ਟੋਕੀਓ 'ਚ ਸੀ, ਜਿੱਤ ਕੇ ਆਈਆਂ ਮੈਡਲ, ਆਪਣੇ ਘਰ ਸੱਦਿਆ, ਮੋਦੀ ਨੇ ਉਹਨਾਂ ਦਾ ਓਨਰ ਕੀਤਾ, ਮੇਰੀ ਬੇਟੀਆਂ ਔਰ ਫਲਾਣਾ, ਅਤੇ ਵੈਸੇ ਵੀ ਇਹਨਾਂ ਦਾ ਨਾਰਾ ਬੇਟੀ ਪੜ੍ਹਾਓ ਔਰ ਬੇਟੀ ਬਚਾਓ ਅਤੇ ਫਲਾਣਾ ਟਿਮਕਾ, ਉਹ ਇੰਨੀਆਂ ਜ਼ਲੀਲ ਹੋਈਆਂ ਉਹਨਾਂ ਵਿਚਾਰੀਆਂ ਦਾ ਜੋ ਉੱਥੇ ਰਿਹਾ। ਦੂਸਰੇ ਲੋਕ ਜਾ ਕਿਸਾਨ ਵੀ ਉਹਨਾਂ ਦੇ ਨਾਲ ਖਲੋਤੇ, ਸਿੱਖ ਵੀ ਖਲੋਤੇ ਇੱਕ ਸਟੇਜ 'ਤੇ, ਉਹ ਅਕਾਲ ਤਖ਼ਤ ਔਰ ਦੁੱਖ ਨਿਵਾਰਨ ਜਦੋਂ ਉੱਥੋਂ ਉਠਾ ਦਿੱਤਾ ਉਦੋਂ ਵਿਚਾਰੀਆਂ ਦਰ ਦਰ ਭਟਕਦੀਆਂ ਰਹੀਆਂ, ਲੇਕਿਨ ਉਹਨਾਂ ਨੂੰ ਕੋਈ ਜਿਹੜਾ ਜਸਟਿਸ ਤਾਂ ਦੂਰ ਦੀ ਗੱਲ, ਉਹਨਾਂ ਨੂੰ ਹੀ ਦੋਸ਼ੀ ਦੱਸਿਆ ਗਿਆ। ਕੋਰਟ ਵੀ, ਦਿੱਲੀ ਕੋਰਟ ਨੇ ਫਾਈਨਲੀ ਕਿਵੇਂ ਕੇਸ ਬਣਿਆ ਕਿ ਜੇ ਉਹਨੇ ਅਸਤੀਫਾ ਦਿੱਤਾ ਹੀ ਦਿੱਤਾ ਤਾਂ ਉਹਦੇ ਮੁੰਡੇ ਨੇ ਟੇਕ ਓਵਰ ਕਰ ਲਿਆ। ਹੁਣ ਜੇ ਬ੍ਰਿਜ ਭੂਸ਼ਣ ਸ਼ਰਨ ਨੂੰ ਪਿਛਲੀਆਂ ਚੋਣਾਂ 'ਚ ਐਮ ਪੀ ਦੀ ਟਿਕਟ ਨਹੀਂ ਦਿੱਤੀ, ਉਹਦੇ ਮੁੰਡੇ ਨੂੰ ਦੇ ਦਿੱਤੀ। ਹੁਣ ਕਿਉਂਕਿ ਦਿੱਲੀ ਹਾਈ ਕੋਰਟ 'ਚ ਕੇਸ ਚੱਲ ਰਿਹਾ ਔਰ ਉਹਨਾਂ ਨੇ, ਔਰ ਇਹ ਬਹੁਤ ਬਹਾਦਰ ਬੱਚੀਆਂ ਨੇ, ਔਰ ਮੈਂ ਕੱਲ੍ਹ ਹੀ ਇੱਕ ਪੋਸਟ ਮਨੋਜ ਸਿੰਘ ਦੂਹਨ ਜਿਹੜੇ ਹਰਿਆਣੇ ਦੇ ਜਾਟ ਨੇ ਔਰ ਜਾਟ ਰਿਜ਼ਰਵੇਸ਼ਨ ਵੇਲੇ ਇਹ ਇਹਨਾਂ 'ਤੇ ਵੀ, ਮਨੋਜ ਸਿੰਘ 'ਤੇ ਵੀ ਕੇਸ ਬਣੇ ਹਰਿਆਣੇ ਦੀ ਜੇਲ੍ਹ 'ਚ ਸੀ, ਅਤੇ ਜੇਲ੍ਹ 'ਚ ਹੁੰਦਿਆਂ ਇਹਨੇ ਫਿਰ ਜਦੋਂ ਅੱਡ ਅੱਡ ਧਰਮ ਪੜ੍ਹੇ, ਧਰਮਾਂ ਦੀ ਸਟੱਡੀ ਕੀਤੀ, ਸਿੱਖੀ ਵੱਲ ਆਇਆ, ਉਹਨੇ ਕਿਹਾ ਵੀ ਸਾਡੀਆਂ ਜੜ੍ਹਾਂ 'ਚ ਤਾਂ ਸਿੱਖੀ 'ਚ, ਅਸੀਂ ਤਾਂ ਜਾਟ ਸਿੱਖ ਸੀ, ਇਹ ਤਾਂ ਸਾਨੂੰ ਆਰੀਆ ਸਮਾਜੀ ਦਿਆਨੰਦ ਟੱਕਰ ਗਿਆ ਔਰ ਇਹਨੇ ਸਾਡਾ ਖਾਣਾ ਖਰਾਬ ਕਰਤਾ। ਔਰ ਬਾਹਰ ਆ ਕੇ ਉਹਨੇ ਸਿੱਖੀ ਸਰੂਪ ਔਰ ਫਿਰ ਅੰਮ੍ਰਿਤ ਛਕ ਕੇ, ਇਸ ਵੇਲੇ ਜਿੰਨੀ ਵੋਕਲ ਆਵਾਜ਼ ਮਨੋਜ ਸਿੰਘ ਦੂਹਨ ਦੀ ਹੈ ਉਹ ਸਿੱਖਾਂ ਦੀ ਔਰ ਜਾਟਾਂ ਦੀ ਸਾਂਝ ਦੀ ਵੀ ਗੱਲ ਕਰਦਾ ਔਰ ਵੰਗਾਰਦਾ। ਉਹਨੇ ਹੀ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਵੀ ਜਿਹੜੀ ਬੀਬੀ ਭਾਨੂ ਕਰਕੇ ਜਿਹਨਾਂ ਲਾਸਟ ਨੇਮ ਸੀ, ਜਿਹਨੇ ਸਿਲਵਰ ਮੈਡਲ ਜਿੱਤਿਆ, ਉਹਦੀ ਦਾਦੀ ਦਾ ਨਾਂ ਦਇਆ ਕੌਰ ਹੈ। ਔਰ ਹੁਣ ਕੱਲ੍ਹ ਉਹਦੀ ਸੀ ਪੋਸਟ ਕਿ ਵੀ ਇਹ ਜਿਹੜੀ ਬੀਬੀ ਵਿਨੇਸ਼ ਫੋਗਟ ਹੈ ਇਹਦੀ ਦਾਦੀ ਦਾ ਨਾਂ ਵੀ ਦਇਆ ਕੌਰ ਹੈ। ਔਰ ਉਹਨੇ ਕਿਹਾ ਕਿ ਵੀ ਇਹ ਕਿਉਂਕਿ ਸਿੱਖ ਕੁੜੀਆਂ, ਉਹਨੇ ਕਿਹਾ ਜੀ ਇਹ ਸਬੂਤ ਹੈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੌਰ ਦਾ ਲਕਬ ਬਖਸ਼ਿਆ ਸੀ ਸਾਡੀਆਂ ਦਾਦੀਆਂ ਦੀ ਜਨਰੇਸ਼ਨ ਤੱਕ ਇਹ ਰਿਹਾ ਹੈ, ਬਾਅਦ ਦੇ ਵਿੱਚ ਇਹਨਾਂ ਆਰੀਆ ਸਮਾਜੀਆਂ ਔਰ ਦੂਜਿਆਂ ਦਾ ਅਸਰ ਹੈ। ਉਹਨੇ ਕਿਹਾ ਵੀ ਇਹਨਾਂ ਦੇ ਨਾਲ ਇਸੇ ਲਈ ਧੱਕਾ ਹੋ ਰਿਹਾ ਕਿਉਂਕਿ ਇਹ ਸਿੱਖ ਨੇ। ਔਰ ਦੂਸਰਾ, ਉਹਨੇ ਵੈਸੇ ਵਿਨੇਸ਼ ਫੋਗਟ ਨੂੰ ਜਦੋਂ ਉਹਨੇ ਪੈਰਿਸ ਤੋਂ ਆਉਣਾ ਸੀ ਉਹਨੂੰ ਕਿਹਾ ਸੀ ਵੀ ਤੂੰ ਛੱਡ ਇਹਨਾਂ ਦਾ ਖਹਿੜਾ, ਤੂੰ ਦਰਬਾਰ ਸਾਹਿਬ ਆ, ਦੇਖ ਸਿੱਖ ਕਿੰਨਾ ਪਿਆਰ ਕਰਦੇ ਨੇ ਔਰ ਕਿਸ ਹੱਦ ਤੱਕ ਜਿਹੜਾ ਉਹ ਜਿਹੜਾ ਤੁਹਾਡਾ ਅਦਬ। ਔਰ ਸਰਵਣ ਸਿੰਘ ਜਿਹੜਾ ਸਪੋਰਟਸ ਦਾ ਕਮੈਂਟੇਟਰ, ਔਰ ਉਹਨੇ ਵੀ ਇਹ ਕਿਹਾ ਸੀ ਕਿ ਉਹਦਾ ਸ਼ਾਇਦ ਅਰਜਨਾ ਅਵਾਰਡ ਹੈ ਕਿ ਖੇਲ ਅਵਾਰਡ ਹੈ ਕਿੰਨੇ ਤੋਲੇ ਦਾ, ਉਹਨੇ ਕਿਹਾ ਜਦੋਂ ਵਿਨੇਸ਼ ਫੋਗਾਟ ਆਈ ਮੈਂ ਆਪਣਾ ਉਹਦੇ ਹਵਾਲੇ ਕਰਾਂ। ਹਾਲਾਂ ਇਹਨਾਂ ਨੇ ਸ਼ਰਮੋ ਕਿ ਸ਼ਰਮੀ, ਕਿਉਂਕਿ ਭਾਰਤ ਦੇ ਆਮ ਲੋਕਾਂ ਦੇ ਵਿੱਚ ਤਾਂ ਹਮਦਰਦੀ ਹੋਈ ਕਿਉਂਕਿ 100 ਗ੍ਰਾਮ ਵੇਟ ਵਧਣ ਕਰਕੇ ਜਿਹੜਾ ਉਹਦਾ ਹੈ ਉਹ ਜਦੋਂ ਫਾਈਨਲ ਉਹਦਾ ਗੋਲਡ ਦੇ ਲਈ ਕੰਪੀਟੀਸ਼ਨ ਸੀ ਉਸ 'ਚੋਂ ਨਹੀਂ ਜਾ ਸਕੀ। ਔਰ ਹਾਲਾਂ ਉਹਨੇ ਜਿਹੜਾ ਕੋਈ ਹਾਰੀ ਨਹੀਂ ਸੀ, 80 ਬਾਊਟ ਜਪਾਨ ਦੀ ਸ਼ਾਇਦ ਕਿ ਚੀਨ ਦੀ, ਉਹਨੂੰ ਵੀ ਹਰਾ, ਸੋ ਉਹਦੇ ਨਾਲ ਹਮਦਰਦੀ ਹੋਈ ਜਦੋਂ ਉਹ ਉਤਰੀ ਹੈ ਦਿੱਲੀ ਐਜ਼ ਏ ਹੀਰੋ, ਉਹਨੂੰ ਰਿਸੀਵ ਕੀਤਾ ਗਿਆ। ਬੜੇ ਬੜੇ ਮਿਨਿਸਟਰਾਂ ਨੇ ਵੀ ਔਰ ਦੂਜੇ ਵੀ ਦਾਅਵੇ ਕੀਤੇ, ਉਹ ਆਪਣੇ
ਦਿੱਲੀ ਤੋਂ ਆਪਣੇ ਪਿੰਡ ਤੱਕ ਓਪਨ ਜੀਪ ਦੇ ਵਿੱਚ ਥੱਕੀ ਹਾਰੀ ਪਹੁੰਚੀ। ਪਰ ਹੁਣ ਅੱਜ ਉਸ ਦਾ ਹੀ ਕਿਉਂਕਿ ਦਿੱਲੀ ਹਾਈ ਕੋਰਟ, ਪਰ ਉਹਨੇ ਇਹ ਗੱਲ ਉਦੋਂ ਵੀ ਕਹੀ ਵੀ ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ਼ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ ਕੇਸ ਹੈ, ਇਹ ਅਸੀਂ ਉਵੇਂ ਹੀ ਲੜਾਂਗੇ, ਇਹਨੂੰ ਅਸੀਂ ਛੱਡਣਾ ਨਹੀਂ ਹੈ ਇਹਨੇ, ਕਿਉਂਕਿ ਇੱਕ ਡਿਟਰਮੀਨੇਸ਼ਨ ਵਾਲੀ। ਅੱਜ ਉਹਨੇ ਜਿਹੜਾ ਟਵੀਟ ਕੀਤਾ ਕਿ ਜਿਨ ਮਹਿਲਾ ਪਹਿਲਵਾਨੋ ਕੀ ਬ੍ਰਿਜ ਭੂਸ਼ਣ ਕੇ ਖਿਲਾਫ਼ ਕੋਰਟ ਮੇਂ ਗਵਾਹੀਆਂ ਹੋਣੇ ਵਾਲੀ ਹੈ, ਦਿੱਲੀ ਪੁਲਿਸ ਨੇ ਉਨਕੀ ਸੁਰੱਖਿਆ ਹਟਾ ਲਈ ਹੈ। ਔਰ ਇਹ ਖਬਰ ਇਕਦਮ ਸਾਰੇ ਪਾਸੇ ਬਣ ਗਈ ਕਿ ਵੀ ਇਹ ਤਾਂ ਹੁਣ ਦੋ ਤਿੰਨ ਦਿਨ 'ਚ ਗਵਾਹੀਆਂ ਹੋਣ ਵਾਲੀਆਂ, ਉਹਨਾਂ ਦੀ ਸਿਕਿਉਰਟੀ ਹਟਾ ਲਈ ਤਾਂ ਕਿ ਉਹ ਗੁੰਡਾ ਜਿਹੜਾ ਹੈ ਉਹਦੀ ਟੀਮ ਉਹਨਾਂ ਨੂੰ ਕਰੇ। ਹਾਲਾਂਕਿ ਇਸ ਦਾ ਨਤੀਜਾ ਇਕਦਮ ਦਿੱਲੀ ਹਾਈ ਕੋਰਟ ਨੇ ਦਸੂ ਮੋਟੋ ਨੋਟਿਸ ਲਿਆ ਔਰ ਉਹਨੂੰ ਕਿਹਾ ਜੀ ਕਿ ਉਹਨਾਂ ਨੂੰ ਵਾਪਸ ਦਿਓ, ਅਤੇ ਉਹਨਾਂ ਨੇ ਜਸਟੀਫਿਕੇਸ਼ਨ ਕੀਤੀ ਹੈ ਕਿ ਨਹੀਂ 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 ਇਹ ਕੋਈ ਹਟਾਉਣ ਦਾ ਮਕਸਦ ਨਹੀਂ ਸੀ। ਇਹ ਜਿਹੜਾ ਡੀ ਸੀ ਪੀ ਦਿੱਲੀ ਦਾ ਦਵੇਸ਼ ਕੁਮਾਰ ਮਹਿਤਾ ਕਹਿੰਦਾ ਕਿ ਵੀ ਇਹ ਜਿਹੜਾ ਸਿਕਿਉਰਟੀ ਅਸੀਂ ਇਸ ਲਈ ਵਿਦਡਰਾਅ ਕੀਤੀ ਕਿ ਵੀ ਕਿਉਂਕਿ ਇਹ ਹਰਿਆਣੇ ਦੀਆਂ ਰਹਿਣ ਵਾਲੀਆਂ ਨੇ, ਇਸ ਲਈ ਹਰਿਆਣਾ ਪੁਲਿਸ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰੇ, ਉਹਦੇ 'ਚ ਥੋੜ੍ਹੀ ਜਿਹੀ ਡਿਲੇ ਹੋ ਗਿਆ, ਇਹ ਮਿਸਅੰਡਰਸਟੂਡ ਹੋ ਗਿਆ ਔਰ ਦੂਜਾ ਹੋ ਗਿਆ। ਹੁਣ ਇਹ ਹੈ ਤੁਸੀਂ ਜਿਨ੍ਹਾਂ ਦਾ ਇਹ ਮੁਲਕ, ਇਹਨਾਂ ਦਾ ਔਰਤਾਂ ਪ੍ਰਤੀ ਰਵੱਈਆ ਕੀ ਹੈ ਔਰ ਆਪਣੀ ਧਿਰ ਨੂੰ ਬਚਾਉਣ ਦੇ, ਕਿਉਂਕਿ ਸਭ ਗੁੰਡੇ ਨੇ। ਕੱਲ੍ਹ ਅਸੀਂ ਡਿਸਕਸ ਕੀਤਾ ਸੀ, ਹਾਲਾਂ ਸਭ ਤੋਂ ਲੀਸਟ ਵਾਚਡ ਸੈਗਮੈਂਟ ਸੀ ਉਹ ਕਿ ਵੀ ਸਭ ਤੋਂ ਜ਼ਿਆਦਾ ਕ੍ਰਿਮੀਨਲ ਜਿਨ੍ਹਾਂ ਦੇ ਖਿਲਾਫ਼ ਰੇਪ ਔਰ ਮੋਲੈਸਟੇਸ਼ਨ ਦੇ ਕੇਸਿਸ ਨੇ ਉਹ ਬੀਜੇਪੀ ਦੇ ਨੇ, ਜਿਹੜੇ ਸਿਟਿੰਗ ਨੇ ਐਮ ਪੀ ਵੀ ਐਮ ਐਲ ਏ ਵੀ। ਸੋ ਜਿਹੜੀ ਪਾਰਲੀਮੈਂਟ ਜਾਂ ਜਿਹੜੀਆਂ ਅਸੈਂਬਲੀਜ਼ ਜਿਹੜੀਆਂ ਨੇ ਰੇਪਿਸਟ ਦੀਆਂ ਨੇ, ਹੁਣ ਉਹਨਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਉਹ ਜਵਾਨੀ ਕਲਾਮੀ ਵਿਨੇ ਫੋਗਾਟ ਨੂੰ ਔਰ ਉਹਨੂੰ ਤੁਸੀਂ ਹੀਰੋਇਨ ਔਰ ਇਹ ਕਦੇ ਨਹੀਂ ਨਾ ਭੁੱਲਣ ਵਾਲਾ ਔਰ ਤੁਮ ਤੋਂ ਜੀਤ ਗਈ, ਤੁਮੇ ਗੋਲਡ ਨਹੀਂ ਮਿਲਾ, ਹਮਨੇ ਤੁਮੇ ਗੋਲਡ ਦੇ ਦਿਆ। ਅਸੀਂ ਹਰਿਆਣਾ ਦਾ ਬੀਜੇਪੀ ਦਾ ਚੀਫ ਮਿਨਿਸਟਰ ਵੀ ਕਹਿੰਦਾ ਕਿ ਜੀ ਜੋ ਇੱਕ ਜੇਤੂ ਗੋਲਡ ਮੈਡਲ ਵਾਲੇ ਲਈ ਹੁੰਦਾ ਇੰਨੇ ਕਰੋੜ ਔਰ ਅਸੀਂ ਉਹ, ਇਹਦਾ ਕੋਈ ਮਤਲਬ ਨਹੀਂ ਹੈ। ਸੋ ਜਦੋਂ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਇਸ ਕਿਸਮ ਦੀਆਂ ਬਿਮਾਰ ਸੁਸਾਇਟੀਜ਼ ਦੇ ਵਿੱਚ ਰਹਿੰਦੇ ਹੋ, ਔਰ ਦੋ ਕੁ ਦਿਨ ਪਹਿਲਾਂ ਹੀ ਇੱਕ ਸੱਜਣ ਕਹਿਣ ਲੱਗੇ ਕਿ ਵੀ ਐਸਾ ਕੀ ਹੈ ਕਿ ਵੀ ਸਾਡੇ 'ਚ ਔਰ ਦੂਜੇ ਮੈਜੋਰਟੀ ਵਾਲਿਆਂ 'ਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਸਾਡੇ ਲੋਕਾਂ ਦਾ ਕਿਰਦਾਰ ਵੀ। ਮੈਂ ਕਿਹਾ ਕਿ ਵੀ ਅਸੀਂ 100 ਸਾਲ ਮੁਗਲਾਂ ਔਰ ਅਫਗਾਨਾਂ ਦੇ ਨਾਲ ਲੜੇ, ਪਰ ਉਹਨੇ ਸਾਡੇ ਕਰੈਕਟਰ ਨੂੰ ਸ਼ਾਈਨ ਕੀਤਾ, ਕਿਉਂਕਿ ਤੁਸੀਂ ਘੱਲੂਘਾਰਿਆਂ ਕੁਰਬਾਨੀਆਂ 'ਚੋਂ ਹਰ ਇੱਕ ਨੂੰ ਫਖਰ ਸੀ। ਅੰਗਰੇਜ਼ਾਂ ਦੇ ਨਾਲ 98 ਸਾਲ ਅਸੀਂ ਉਹਨਾਂ ਦੀ ਗੁਲਾਮੀ 'ਚ ਰਹੇ, ਭਾਵੇਂ ਲੜੇ ਵੀ ਉਹਨਾਂ ਦੇ ਨਾਲ, ਤਾਵਨ ਵੀ ਕੀਤਾ ਐਟ ਸਰਟਨ ਸਟੇਜਿਸ, ਪਰ ਸਾਡਾ ਕਿਰਦਾਰ ਨਹੀਂ ਡਿੱਗਿਆ। ਇਹਨਾਂ ਨੇ 77 ਸਾਲਾਂ ਜਿਸ ਕਿਸਮ ਦੇ ਇਹ ਨੇ, ਉਹ ਸਾਡੇ ਪੰਜਾਬੀ 'ਚ ਕਹਿੰਦੇ ਨੇ ਵੀ ਗੁਆਂਢੀ ਦਾ ਰੂਪ ਭਾਵੇਂ ਨਾ ਚੜ੍ਹੇ ਮੱਥ ਤਾਂ ਆ ਜਾਂਦੀ ਹੈ। ਜਦੋਂ ਇਹ ਹਾਲ ਹੁੰਦਾ ਇਹਨਾਂ ਦਾ, ਕਿਉਂਕਿ ਇਸ ਲੈਵਲ ਦੇ ਡੀਜੈਨਰੇਟ ਨੇ, ਇਸ ਲਈ ਜਦੋਂ ਪੰਜਾਬ 'ਚੋਂ ਜਾਂ ਦੂਸਰੀਆਂ ਥਾਵਾਂ ਤੋਂ ਕੋਈ ਪੱਗ ਵਾੜਾ ਜਾਂ ਕੋਈ ਦੂਜਾ ਇਸ ਕਿਸਮ ਦੀ ਕੋਈ ਘਟਨਾ ਜਾਂ ਦੂਜੇ ਦੇ ਵਿੱਚ ਆਉਂਦਾ ਜਾਂ ਉਹਨਾਂ ਦਾ ਮੈਂ ਮਾਇੰਡ ਸੈਟ ਦੇਖਦਾ, ਮੈਨੂੰ ਲੱਗਦਾ ਵੀ ਇਹ 98 ਸਾਲ ਅੰਗਰੇਜ਼ਾਂ 'ਚ ਰਹਿੰਦੇ ਆ ਵੀ ਸਾਡਾ ਕੁਛ ਕਿਰਦਾਰ ਬਚਿਆ ਰਿਹਾ। ਮੁਗਲਾਂ ਦੇ ਵੇਲੇ ਤਾਂ ਅਸੀਂ ਸ਼ਾਈਨ ਹੋਏ, ਇਹ ਤਾਂ ਇਹਨਾਂ ਨੇ 77 ਸਾਲਾਂ 'ਚ ਸਾਡਾ ਬੇੜਾ ਗਰਕ ਕਰਤਾ। ਸੋ ਇਹ ਦੇਖਣ, ਇਸੇ ਲਈ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਹੈ, ਕਿਉਂਕਿ ਇਹਨਾਂ ਇਹ ਇੱਕ ਬਿਮਾਰ ਸੁਸਾਇਟੀ ਹੈ, ਇਹਨਾਂ ਨੇ ਡੀਜੈਨਰੇਟ ਹੀ ਹੋਣਾ ਔਰ ਅਸੀਂ ਉਹਨਾਂ ਵੈਲਿਊਜ਼ ਦੇ ਧਾਰਨੀ ਹੈ ਜਿਹਨਾਂ ਦੇ ਵਿੱਚ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਦੀ ਗੱਲ ਨਹੀਂ ਹੈ ਇਕੱਲੀ, ਸਾਡਾ ਇੱਕ ਕਾਨਸੈਪਟ ਹੀ ਜਿਹੜਾ ਸਾਰਾ ਇੱਕ ਵੱਖਰੇ ਸਮਾਜ ਦਾ, ਸੁਸਾਇਟੀ ਦਾ, ਜਿਸ ਦੇ ਵਿੱਚ ਕਿ ਹਰ ਇੱਕ ਦਾ ਓਨਰ ਹੈ, ਹਰ ਇੱਕ ਨੂੰ ਬਣਦਾ ਸਨਮਾਨ ਹੈ। ਸੋ ਇਹ ਘਟਨਾਕ੍ਰਮ ਖਬਰਾਂ ਕੋ ਅਸੀਂ ਕੋੜੋਂ ਤੋਂ ਨਹੀਂ ਕੱਢਦੇ, ਆ ਸਾਹਮਣੇ ਕਿ ਜੇ ਇਹ ਇਹਨਾਂ ਦਾ ਹਾਲ ਹੈ ਆਪਣੀ ਉਹਨਾਂ ਰੈਸਲਰ ਜਿਹਨੂੰ
ਦੋ ਦਿਨ ਪਹਿਲਾਂ ਅਜੇ ਉਹ ਆਈ ਹੈ, ਉਹਨੂੰ ਹੀਰੋਇਨ ਕਹਿ ਕੇ ਜਿਹੜਾ ਕਰ ਰਹੇ ਨੇ, ਔਰ ਉਹ ਦਬਾਅ ਬਣਾਉਣ ਦੇ ਲਈ ਉਹਨਾਂ ਦੀ ਤੁਸੀਂ ਜਿਹੜੀ ਹੈ ਸਿਕਿਉਰਿਟੀ ਖਤਮ ਕਰ ਰਹੇ ਹੋ। ਬਿਲਕੁਲ ਰਾਸਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਫਿਊਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ।